ਰੱਬ ਨੇ ਬਹਿਰੂਨੀ ਤੌਰ ਤੇ ਆ ਕੇ ਵੀ ਭਗਤ ਦੇ ਕਾਰਜ ਕੀਤੇ, ਅਸੀਂ ਇਹਨਾਂ ਨੂੰ ਝੁਠਲਾਵਾਂਗੇ ਨਹੀਂ। ਆ ਜਿਹੜੇ ਸ਼ਬਦ ਆਉਂਦੇ ਨੇ, ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਚਾਨ ਚਵਾਈ ਕੋ, ਇਹ ਭਗਤ ਦੀ ਆਣ ਕੇ ਛੰਨ ਵੀ ਰੱਬ ਨੇ ਬਣਾਈ, ਇਹਨੂੰ ਕਿਵੇਂ ਤੁਸੀਂ ਮੋੜੋਗੇ? ਜਿੱਦਣ ਮਰੀ ਕੋਈ ਗਾਂ ਨੂੰ ਜਿਵਾਉਣ ਵਾਸਤੇ ਆਖਿਆ, ਅੱਜ ਅੱਖਰੀ ਅਰਥ ਬਦਲ ਸਕਦੇ ਹਾਂ ਪਿਆਰਿਓ, ਉਦਣ ਵੀ ਰੱਬ ਨੇ ਆਣ ਕੇ ਭਗਤ ਨੂੰ ਹੀ ਪੁੱਛਿਆ ਸੀ, ਕਹਿੰਦੇ ਤੂੰ ਆਖੇ ਆ ਮਰੀ ਗਾਂ ਤਾਂ ਕਿੱਡੀ ਕੁ ਗੱਲ ਹੈ, ਮੈਂ ਸਾਰੀ ਧਰਤੀ ਤੇਰੇ ਕਹਿਣ ਤੇ ਪੁੱਠੀ ਕਰ ਸਕਦਾ। ਭਗਤ ਨੇ ਆਖਿਆ ਸੀ ਨਹੀਂ, ਕਿਉਂਕਿ ਭਗਤ ਹਮੇਸ਼ਾ ਰੱਬ ਦੀ ਰਜ਼ਾ ਵਿੱਚ ਤੁਰਦਾ। ਯਾਦ ਰੱਖਿਓ, ਭਗਤ ਕੋਲ ਤਾਕਤ ਬਹੁਤ ਹੈ ਪਰ ਕਦੀ ਉਹ ਕੁਦਰਤ ਦੇ ਨਿਯਮ ਨੂੰ ਭੰਗ ਨਹੀਂ ਕਰਦਾ। ਇਹ ਸੰਤ ਦੇ ਜੀਵਨ ਦੀ ਮਰਿਆਦਾ। ਉਹ ਦੋ ਤਾਕਤਾਂ ਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਕੀਤਾ। ਉਹ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਉਹਨਾਂ ਦੋਵਾਂ ਦਾ ਜ਼ਿਕਰ ਕੀਤਾ। ਉਹਨਾਂ ਅੱਗੇ ਕਿਹਾ ਰਾਮ ਜੋ ਦਾਤਾ ਮੁਕਤ ਕੋ, ਕਹਿੰਦੇ ਜਿਹੜਾ ਰੱਬ ਹੈ ਇਹ ਮੁਕਤੀ ਦਾ ਦਾਤਾ। ਸੰਤ ਜਪਾਵੈ ਨਾਮ, ਕਹਿੰਦੇ ਸੰਤ ਦੀ ਉਹਨੇ ਡਿਊਟੀ ਲਾਈ ਵੀ ਤੂੰ ਨਾਮ ਜਪਾ। ਸੰਤ ਨਾਮ ਜਪਾ ਕੇ ਸੰਤ ਕੋਲ ਇਹ ਤਾਕਤ ਗਏ ਪਿਆਰਿਓ, ਸੰਤ ਨਾਮ ਜਪਾ ਜਪਾ ਕੇ ਪਤਾ ਨਹੀਂ ਕਿੰਨਿਆਂ ਕੁ ਦੇ ਬੇੜੇ ਜਿਹੜੇ ਨੇ ਉਹ ਰੱਬ ਦੇ ਘਰ ਤੱਕ ਪਹੁੰਚਾ ਦਿਆ, ਕਿਉਂਕਿ ਉਹਦੇ ਕੋਲ ਤਾਕਤ ਆ ਹੈ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਕੁਜਲੇ ਕੇਤੀ। ਛੁੱਟੀ ਨਾਲ ਪਤਾ ਨਹੀਂ ਕਿੰਨਿਆਂ ਕੁ ਦੀ ਛੁੱਟੀ ਕਰਾ ਕੇ ਲਿਜਾਂਦਾ। ਇਹਨਾਂ ਦੀ ਜੀਵਨ ਵਿੱਚ ਡਿਊਟੀ ਆ ਲੱਗੀ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੇ ਸੰਗ ਚਿੱਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਅੱਜ ਅਸੀਂ ਇੱਕ ਰੱਬ ਦੇ ਪਿਆਰਿਆਂ ਦੇ ਅਸਥਾਨ ਤੇ, ਮਹਾਂਪੁਰਖਾਂ ਦੇ ਅਸਥਾਨ ਤੇ, ਜੋ ਉਹਨਾਂ ਵੱਲੋਂ ਜਪ ਤਪ ਸਮਾਗਮ ਸਾਡੇ ਸਭ ਦੇ ਭਲੇ ਵਾਸਤੇ। ਵੇਖੋ, ਘਰ ਵਿੱਚ ਵੀ ਅਸੀਂ ਅਖੰਡ ਪਾਠ ਸਾਹਿਬ ਰਖਾਈਏ ਨਾ, ਤੇ ਉਹਦੀ ਅਰਦਾਸ ਵੀ ਸਿਰਫ ਸਾਡੇ ਪਰਿਵਾਰ ਤੱਕ ਸੀਮਤ ਹੁੰਦੀ ਹੈ। ਅਸੀਂ ਆਪਣਾ ਨਿੱਜੀ ਨਿਤਨੇਮ ਕਰਨੇ ਆ, ਉਹਦੀ ਅਰਦਾਸ ਵੀ ਸਾਡੇ ਜੀਵਨ ਜਾਂ ਵੱਧ ਤੋਂ ਵੱਧ ਪਰਿਵਾਰ ਤੱਕ ਸੀਮਤ ਹੈ। ਪਿਆਰਿਓ, ਆ ਜਿਹੜਾ ਇੰਨਾ ਜਪ ਤਪ ਚੱਲਦਾ ਹੈ ਨਾ, ਇਹਦੀ ਅਰਦਾਸ ਕਿਸੇ ਇੱਕ ਤੱਕ ਸੀਮਤ ਨਹੀਂ, ਜੇ ਇਹ ਸੱਚਮੁੱਚ ਸਰਬੱਤ ਦੇ ਭਲੇ ਵਾਸਤੇ, ਇਹਨੇ ਸਭ ਦਾ ਭਲਾ ਕਰਨਾ, ਇਹ ਕਿਸੇ ਇੱਕ ਦੀ ਅਰਦਾਸ ਨਹੀਂ ਹੈ। ਆ ਤੁਸੀਂ ਵੇਖੋ, ਸਾਰਾ ਮਾਘ ਦਾ ਮਖੀਨਾ ਕਿੰਨਾ ਜਪਦਾ, ਇਕੱਲੇ ਇਸ ਅਸਥਾਨ ਤੇ ਨਹੀਂ, ਹੋਰਨਾਂ ਅਸਥਾਨਾਂ ਤੇ ਕਿੰਨਾ ਜਪ ਤਪ ਹੋਇਆ, ਇਹ ਹੈ ਸਰਬੱਤ ਦੇ ਭਲੇ ਵਾਸਤੇ। ਤੇ ਮੈਂ ਤਾਂ ਇਹ ਗੱਲ ਸੱਚ, ਜੇ ਅੱਜ ਜਦੋਂ ਤੁਸੀਂ ਬਾਹਰੀ ਤੌਰ ਤੇ ਵੇਖੋ ਨਾ, ਮੈਂ ਕਹਿੰਦਾ ਵੀ ਜਿੰਨੀ ਕੁ ਸਿੱਖੀ ਬਚੀ ਇਹਨਾਂ ਮਹਾਂਪੁਰਖਾਂ ਦਾ ਸਦਕਾ। ਅੱਜ ਜਿਹੜਾ ਜਪ ਤਪ ਚੱਲਦਾ ਹੈ ਨਾ, ਨਹੀਂ ਤੇ ਬਾਹਰ ਤਾਂ ਕਲਯੁਗ ਦੇ ਇੰਨਾ ਪੈਰਾ, ਕਿਹੜਾ ਬੰਦਾ ਅੱਜ ਜੀ, ਸਾਡਾ ਤਾਂ ਨਿਤਨੇਮ ਵੀ ਚਲਾ ਗਿਆ, ਹੱਥੀਂ ਸੇਵਾਵਾਂ ਸਾਡੀਆਂ ਚਲੀਆਂ ਗਈਆਂ। ਅੱਜ ਸਾਡੇ ਕੋਲ, ਮੈਨੂੰ ਮਾਫ ਕਰਨਾ, ਕੇਵਲ ਨੱਚਣ ਗਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਰਹਿ ਗਿਆ। ਇਹ ਸਿਰਫ ਇਹਦਾ ਸਦਕਾ ਹੀ, ਤੇ ਜਿੰਦਾ ਉਹ ਵੀ ਡੋਲੇਗਾ ਕੋਈ, ਭਾਵੇਂ ਉਹ ਆਰਥਿਕ ਤੌਰ ਤੇ ਹੋਵੇ, ਸਮਾਜਿਕ ਤੌਰ ਤੇ ਹੋਵੇ, ਯਾਦ ਰੱਖਿਓ, ਨਾਮ ਤੋਂ ਬਿਨਾਂ ਅੱਜ ਤੱਕਰ ਕੋਈ ਸਿਖਾਈ ਨਹੀਂ ਜੇ ਹੋਇਆ। ਸੋ ਮਹਾਂਪੁਰਖਾਂ ਨੇ ਇਹ ਨਾਮ ਦਾ ਵੱਡਾ ਪ੍ਰਵਾਹ ਸਾਡੇ ਸਭ ਵਾਸਤੇ ਚਲਾਇਆ, ਜਿਸ ਦੀ ਅੱਜ ਸੰਪੰਨਤਾ ਕੇਵਲ ਮਾਘ ਦੇ ਮਕੀਨੇ ਦੀ ਸੰਪੰਨਤਾ ਕਹਿ, ਜਪ ਤਪ ਦੀ ਸੰਪੰਨਤਾ ਨਹੀਂ ਕਹਿ ਸਕਦੇ, ਕਿਉਂਕਿ ਜਪ ਤਪ ਤਾਂ ਇੱਥੇ ਸਦਾ ਹੀ ਚੱਲਦਾ ਰਹਿੰਦਾ। ਸੰਤਨ ਕਹਿ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਸਹਿਜ ਧੁਨ ਪੂਰ ਰਹੀ ਦਿਨ ਅਰ ਰਾਤ। ਸਤਿਗੁਰ ਕਿਰਪਾ ਕਰਨ, ਅੱਜ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਾਲੇ, ਕਿਉਂਕਿ ਇਸ ਇਲਾਕੇ ਤੇ ਜਿਨ੍ਹਾਂ ਦੀ ਬੜੀ, ਮੈਂ ਇਹ ਕਹਾਂਗਾ, ਅਸੀਸ ਹੈ, ਜਿਹੜੇ ਗੁਰੂ ਸਾਹਿਬ ਦੇ ਦਰ ਤੇ ਇੰਨਾ ਜਪ ਤਪ ਕਰਵਾ ਕੇ ਸਾਡੇ ਭਲੇ ਲਈ ਉਸ ਦਰ ਤੋਂ ਸਾਨੂੰ ਕਿਰਪਾ ਬਖਸ਼ਿਸ਼ ਦਿਵਾਉਂਦੇ। ਅੱਜ ਜੋ ਵੀ ਅਸੀਂ ਬੋਲਦੇ ਹਾਂ, ਇਹ ਸੱਚ ਹੈ, ਇਹ ਸਭ ਉਹਨਾਂ ਦੀਆਂ ਅਸੀਸਾਂ ਰਹਿਮਤਾਂ ਸਦਕਾ
ਸਤਿਗੁਰੂ ਬਖਸ਼ਿਸ਼ ਕਰਨ। ਬੇਅੰਤ ਹੋਈਆਂ ਭੁੱਲਾਂ ਨੂੰ ਆਪ ਜੀ ਨੇ ਖਿਮਾ ਕਰਨਾ। ਆਓ ਇੱਕ ਦੋ ਮਿੰਟ ਵਾਸਤੇ ਵਾਹਿਗੁਰੂ ਸਿਮਰਨ ਕਰਕੇ ਆਪਾਂ ਵੀ ਹਾਜ਼ਰੀ ਲਵਾਈਏ। ਸਾਰੇ ਉੱਚੀ ਆਵਾਜ਼ ਵਿੱਚ ਕਿਰਪਾ ਕਰਿਓ ਅਤੇ ਆਖੋ ਜੀ ਵਾਹਿਗੁਰੂ 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 ਸੋ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਕੁਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਰੱਬ ਸਰੂਪ ਸੰਗਤਾਂ ਦਾ, ਔਰ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਾਲੇ ਉਹਨਾਂ ਮਹਾਂਪੁਰਖਾਂ ਦਾ, ਆਪ ਸਭ ਦਾ ਧੰਨਵਾਦ। ਸਭ ਨੂੰ ਜੀਓ ਆਇਆਂ ਨੂੰ ਅਸੀਸ ਦਿੰਦੇ ਹੋਏ, ਭੁੱਲਾਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ, ਖਿਮਾ ਕਰਦੇ ਹੋਏ ਗੁਰੂ ਫਤਿਹ ਦੀ ਸਾਂਝ ਪਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਬਹੁਤ ਸੋਹਣੀ ਕਥਾ ਕੀਤੀ ਹੈ। ਮਹਾਂਪੁਰਖਾਂ 'ਤੇ ਬੜੀ ਸ਼ਰਧਾ ਭਾਵਨਾ ਰੱਖਦੇ ਨੇ, ਮਹਾਂਪੁਰਖਾਂ ਦੇ ਦਰਬਾਰ ਦੇ ਵਿੱਚੋਂ ਹੀ ਬਖਸ਼ਿਸ਼ਾਂ ਮਿਲੀਆਂ ਨੇ। ਜੋ ਕਥਾ ਹੈ, ਜੋ ਮਾਣ ਇੱਜ਼ਤ ਹੈ, ਇਹ ਬਾਬਾ ਜੀ ਦਿੱਤੇ ਹੋਏ ਨੇ, ਬਾਬਾ ਜੀ ਦੇ ਬਖਸ਼ੇ ਨੇ। ਸਾਡੇ ਕੋਲ ਅਤਿ ਸਤਿਕਾਰਯੋਗ ਸ੍ਰੀ ਮਾਨ ਸੰਤ ਬਾਬਾ ਹਰੀ ਸਿੰਘ ਜੀ ਜੀਰੇ ਵਾਲੇ ਪਹੁੰਚੇ ਨੇ। ਭਾਵੇਂ ਸਰੀਰ ਢਿੱਲਾ ਸੀ ਪਰ ਮਹਾਂਪੁਰਖਾਂ ਦਾ ਸੰਦੇਸ਼ਾ ਪਹੁੰਚਿਆ, ਚੱਲ ਕੇ ਆਏ ਨੇ। ਮਹਾਂਪੁਰਖ ਬਾਬਾ ਸੁਖਦੇਵ ਸੁਨਾ ਵੱਲੋਂ ਜੀ ਆਇਆਂ ਨੂੰ ਹੁਣ ਅੱਧੇ ਘੰਟੇ ਵਾਸਤੇ, ਮਹਾਂਪੁਰਖਾਂ ਦਾ ਜਿੰਨਾ ਸਮਾਂ ਮਨ ਕਰੇ ਸਰੀਰ ਢਿੱਲਾ ਹੈ, ਬਾਕੀ ਨਾਲ ਕੀਰਤਨੀ ਜਥਾ ਹੈ ਉਹ ਸ਼ਬਦ ਪੜ੍ਹ ਦੇਗਾ। ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ, ਖੜ੍ਹੇ ਖੜ੍ਹੇ ਹੀ ਸਮਾਂ ਜਿੰਨਾ ਕੁ ਮਨ ਕਰੇ। ਆਓ ਮਹਾਂਪੁਰਖਾਂ ਪਾਸੋਂ ਸਰਵਣ ਕਰੀਏ। ਬਾਬਾ ਜੀ ਇੱਥੇ ਆ ਜਾਓ, ਮੈਂ ਖੜਾ ਕਰ ਦਿਓ।
ਸ਼ਬਦ ਹੈ ਅਵਤਾਰ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਚਿਹਰਾ ਜਹੂਰ ਸਰਬ ਕਲਾ ਭਰਪੂਰ ਚਾਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨ ਆਨ ਪਾਨ ਮਹਾਨ ਨਾਮ ਬਾਣੀ ਦੇ ਜਹਾਜ਼ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਦ ਗੁਰੂ ਜਗਤ ਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ ਘਰ ਤੋਂ ਵਰਸਾਏ ਹੋਏ ਸਤਿਪੁਰਖ ਮਹਾਂਪੁਰਖ ਧੰਨ ਧੰਨ ਸੰਤ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੀਆਂ ਬਖਸ਼ਾਂ ਦਾ ਸਦਕਾ ਰਹਿਮਤਾਂ ਦਾ ਸਦਕਾ ਇਸ ਮਹਾਨ ਪਵਿੱਤਰ ਅਸਥਾਨ 'ਤੇ ਅੱਜ ਅਸੀਂ ਸਾਰੇ ਇਕੱਤਰ ਹੋ ਜੁੜ ਬੈਠੇ ਹਾਂ ਅਤੇ ਸਾਡੇ ਅਤਿ ਸਤਿਕਾਰਯੋਗ ਪਰਮ ਪਿਆਰੇ ਪਰਮ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਆਪ ਹੁਕਮ ਕਰਕੇ ਪ੍ਰੇਰਨਾ ਦੇ ਕੇ ਸਾਨੂੰ ਸਾਰਿਆਂ ਨੂੰ ਹੀ ਇਸ ਸਤਸੰਗ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਲਾਭ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਬਖਸ਼ਿਆ ਹੈ। ਵੱਡ ਭਾਗੀ ਹਰ ਸੰਗਤ ਪਾਵੈ ਬਾਗਹੀਨ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਜੀ ਸ਼੍ਰੋਮਣੀ ਭਗਤ ਕਬੀਰ ਜੀ ਦੀ ਮਹਾਨ ਪਵਿੱਤਰ